नदियां दरियावां दे विच जिहड़ी हैगी आ गैर कानूनी गंदे पानी पाए आ 1976 दे एक्ट अनुसार ਇਹ ਸਾਡੇ ਜਿਹੜਾ ਹੈਗਾ ਸਾਡਾ ਫੰਡਾਮੈਂਟਲ ਰਾਈਟ ਆ ਜਿਹੜਾ ਸਾਡਾ ਜਿਉਣ ਦਾ ਹੱਕ ਆ ਉਹ ਖੋਇਆ ਜਾ ਰਿਹਾ ਇਹ ਸਮੱਸਿਆ ਕਿਸੇ ਇੱਕ ਪਿੰਡ ਸ਼ਹਿਰ ਜਾਂ ਦੇਸ਼ ਦੀ ਨਹੀਂ ਸਾਰੇ ਵਿਸ਼ਵ ਦੀ ਸਮੱਸਿਆ ਸੋ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਕੇ ਕਹਿੰਦੇ ਆਪਣਾ ਹੱਥੀ ਆਪਣਾ ਆਪੇ ਹੀ ਕਾਲ ਸਵਾਰੀ ਕੋਈ ਵੀ ਕੰਮ ਆ ਜਿਹੜਾ ਸਮਾਜ ਦਾ ਨਾ ਇਹਨੂੰ ਵਿਸਾਰ ਕੇ ਨਹੀਂ ਵੀ ਇੱਕ ਦਿਨ ਕਰ ਲਿਆ ਮਹੀਨੇ ਸਾਲ ਦੇ ਵਿੱਚ ਇੱਕ ਦਿਨ ਮਨਾ ਲਿਆ ਅਤੇ ਮਗਰੋਂ ਅਸੀਂ ਇਨਵਾਇਰਮੈਂਟ ਦੇ ਨਾਲ ਜੁੜੀਏ ਤਾਂ एक दिन का मतलब यह है कि सांझे तौर पर एक चिंता जी है वह जाहिर करिए उस गल सीरीयस लीए भी ये अज के दिन एनवायरमेंट की गल सुनीए सुनाइए पूरी दुनिया के अज विश्व वातावरण दिवस मनाया जा रहा है क्योंकि दुनिया की होंद लई वातावरण का शुद्ध होना बहुत जरूरी है। अज दुनिया भर के वातावरण गंदला हो रहा है जिसनों लैके तमाम जेड़े वातावरण प्रेमी ने वो चिंता दे वैच ने सरकारां गल करदियां ने वातावरण नूं शुद्ध करन दियां पर जमीनी तौर पर हले भी बहुत कोशिशां दी लोड़ है। राजसभा मैंबर ते प्रसिद्ध वातावरण प्रेमी संत बाबा बलवीर सिंह चीचेवाल जी साडे नाल ने अज वातावरण दिवस ते उन्हां नाल गलबात करांगे। बाबा जी अज वातावरण दिवस है और वातावरण नूं बचाउण लई तुसीं भी बहुत सालों तो हंबला मारे हो सरकारा भी कह रही असं काम कर रहे हैं पर उस तरह का काम हो रही रहा जिस तरह का तुम चाहते हो ये हम तक यही घाट आ जिदा कला यही नहीं कह रहे कोर्ट भी कह रही है समाज कह रहे क्योंकि जो भारत के संविधान अनुसार असी नदियां दरियावां दे विच जिहड़ी हैगी आ गैर कानूनी गंदे पानी पाए आ 1976 दे एक्ट अनुसार ਇਹ ਸਾਡੇ ਜਿਹੜਾ ਹੈਗਾ ਸਾਡਾ ਫੰਡਾਮੈਂਟਲ ਰਾਈਟ ਆ ਜਿਹੜਾ ਸਾਡਾ ਜਿਉਣ ਦਾ ਹੱਕ ਆ ਉਹ ਖੋਇਆ ਜਾ ਰਿਹਾ ਸੋ ਇਸ ਵਾਸਤੇ ਕੋਰਟ ਵੀ ਕਹਿ ਰਹੀ ਹੈ ਸਰਕਾਰਾਂ ਵੀ ਯਤਨ ਕਰ ਰਹੀਆਂ ਪਰ ਇਹਦੇ ਪ੍ਰਬੰਧਾਂ ਦੀ ਲੋੜ ਆ ਬਹੁਤ ਵੱਡੇ ਜੁਰਮਾਨੇ ਵੀ ਜਿਹੜੇ ਹੈਗੇ ਕੋਰਟ ਨੇ ਕੀਤੇ ਆ ਪਰ ਜਿੰਨਾ ਚਿਰ ਉਹਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਜਿਹੜੀ ਹੈਗੀ ਆ ਕਿਉਂਕਿ ਇਹ ਸਮੱਸਿਆ ਕਿਸੇ ਇੱਕ ਪਿੰਡ ਸ਼ਹਿਰ ਜਾਂ ਦੇਸ਼ ਦੀ ਨਹੀਂ ਸਾਰੇ ਵਿਸ਼ਵ ਦੀ ਸਮੱਸਿਆ ਵਾਤਾਵਰਣ ਦਾ ਪ੍ਰਦੂਸ਼ਣ ਆ ਤੁਸੀਂ ਦੇਖੋਗੇ ਕਿੰਨੇ ਪਹਿਲਾਂ ਆਪਾਂ ਸੁਣਦੇ ਸੀਗੇ ਵੀ ਆਉਣ ਵਾਲੇ ਸਮੇਂ 'ਚ ਆਹ ਪ੍ਰਭਾਵ ਪਿਆ ਕਰਨਗੇ ਇਸ ਤਰ੍ਹਾਂ ਹੋਊਗਾ ਹੁਣ ਬਹੁਤ ਚੀਜ਼ਾਂ ਆਪਾਂ ਨੂੰ ਦਿਸਣ ਵੀ ਲੱਗ ਪਈਆਂ ਸੋ ਪਿਛਲੇ ਸਾਲ ਆਪਾਂ ਦੇਖਿਆ ਗਰਮੀ ਇੰਨੀ ਵੱਧ ਗਈ ਫਰਵਰੀ 'ਚ ਅਤੇ ਕਣਕ ਦਾ ਝਾੜ ਹੀ ਨਹੀਂ ਨਿਕਲਿਆ 12-13 ਬੋਰੀਆਂ 'ਤੇ ਆ ਗਈ ਅਤੇ ਐਤਕੀ ਵੀ ਜਿਹੜੀ ਹੈਗੀ ਹੈ ਸਾਰਾ ਸਿਆਲ ਬਾਰਿਸ਼ ਨਹੀਂ ਹੋਈ ਅਤੇ ਜਦੋਂ ਸਿਆਲ ਲੰਘ ਗਿਆ ਕਣਕ ਵੱਢਣ ਵਾਲਾ ਫਿਰ ਬਾਰਿਸ਼ ਹੋ ਗਈ ਭਾਵੇਂ ਕਿ ਉਹਦਾ ਪੋਜ਼ੀਟਿਵ ਅਸਰ ਪਿਆ ਜਿਹੜੀ ਗਰਮੀ ਰੁਕ ਗਈ ਹੈ ਜਿਹਦੇ ਨਾਲ ਜਿਹੜਾ ਹੈਗਾ ਕਣਕ ਦਾ ਝਾੜ ਵਧਿਆ ਪਰ ਜਿਹੜਾ ਇਹ ਜੋ ਕੁਛ ਹੁਣ ਵੀ ਹੈ ਤੁਸੀਂ ਦੇਖੋਗੇ ਕਿ 5 ਜੂਨ ਆ ਜੇਠ ਦਾ ਮਹੀਨਾ ਅਤੇ ਟੈਂਪਰੇਚਰ ਜਿਹੜਾ ਹਜੇ ਤੱਕ ਪੰਜਾਬ ਦੇ ਵਿੱਚ 40 ਤੋਂ ਥੱਲੇ ਆ ਹਜੇ 40 ਵੀ ਨਹੀਂ ਟੱਪਿਆ ਸੋ ਇਹ ਜਿਹੜਾ ਸਾਰਾ ਕੁਛ ਇੱਕ ਬਦਲਾਅ ਦੀਆਂ ਜਿਹੜੀਆਂ ਹੈਗੀਆਂ ਨਿਸ਼ਾਨੀਆਂ ਜਿਹਦੇ ਨਾਲ ਬਹੁਤ ਨੈਗੇਟਿਵ ਪ੍ਰਭਾਵ ਜੇ ਇਸੇ ਤਰ੍ਹਾਂ ਹੀ ਆਪਾਂ ਇਨਵਾਇਰਮੈਂਟ ਦੇ ਨਾਲ ਆਪਾਂ ਖਿਲਵਾੜ ਕਰਦੇ ਰਹੇ ਤਾਂ ਬਹੁਤ ਗਲਤ ਹੋਊਗਾ ਕਿਉਂਕਿ ਸਾਡੇ ਜਿਹੜੀਆਂ ਬਿਮਾਰੀਆਂ ਦਾ ਕਾਰਨ ਵੀ ਹੈ ਹਵਾ ਪਾਣੀ ਧਰਤੀ ਦਾ ਪ੍ਰਦੂਸ਼ਣ ਅਤੇ ਜਿਹੜੀ ਸਾਡੀ ਸਭ ਤੋਂ ਜ਼ਿਆਦਾ ਦੁਨੀਆ ਭਰ ਦੇ ਵਿੱਚੋਂ ਇੰਡੀਆ ਦੀ ਆਬਾਦੀ ਜਿਹੜੀ ਹੈਗੀ ਹੈ ਸਾਰੇ ਵਿਸ਼ਵ ਦੇ ਨਾਲੋਂ ਪਹਿਲੇ ਨੰਬਰ 'ਤੇ ਅਸੀਂ ਸਾਡੀਆਂ ਖਾਣ ਦੀਆਂ ਪੀਣ ਦੀਆਂ ਸਾਰੀਆਂ ਲੋੜਾਂ ਜਿਹੜੀਆਂ ਹੈਗੀਆਂ ਧਰਤੀ ਦੇ ਨਾਲ ਹੀ ਜੁੜੀਆਂ ਹੋਈਆਂ ਸੋ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਕੇ ਕਹਿੰਦੇ ਆਪਣਾ ਹੱਥੀ ਆਪਣਾ ਆਪੇ ਹੀ ਕਾਲ ਸਵਾਰੀਏ ਜਿੱਥੇ ਜਾਏ ਬਈਏ ਭਲਾ ਕਹੀਏ ਜਿੱਥੇ ਰਹਿ ਰਹੇ ਹਾਂ ਆਪਣੇ ਘਰ ਨੂੰ ਹਰਿਆ ਭਰਿਆ ਬਣਾਓ ਆਪਣੇ ਗਲੀ ਮਹੱਲਾ ਹਰਿਆ ਭਰਿਆ ਬਣਾਓ ਆਪਣੇ ਪਿੰਡ ਹਰਿਆ ਭਰਿਆ ਬਣਾਓ ਆਪਣਾ ਇਲਾਕਾ ਹਰਿਆ ਭਰਿਆ ਬਣਾਓ ਆਪੇ ਜਦੋਂ ਅਸੀਂ ਹਰ ਥਾਂ ਬੈਠ ਕੇ ਕਰਾਂਗੇ ਤਾਂ ਜ਼ਰੂਰ ਜਿਹੜੇ ਹੈਗੇ ਥੋੜ੍ਹੇ ਥੋੜ੍ਹੇ ਯਤਨ ਵੀ ਸਾਡੇ ਉਹਨਾਂ ਦਾ ਅਸਰ ਪੋਜ਼ੀਟਿਵ ਅਸਰ ਜ਼ਰੂਰ ਦਿਖੇਗਾ। ਬਾਬਾ ਜੀ ਵਾਤਾਵਰਨ ਦਿਵਸ ਹੈ ਅਤੇ ਇਸ ਨੂੰ ਲੈ ਕੇ ਕੋਈ ਸੈਮੀਨਾਰ ਜਾਂ ਪ੍ਰੋਗਰਾਮ ਤੁਹਾਡੇ ਵੱਲੋਂ ਆਯੋਜਿਤ ਹੋ ਰਿਹਾ ਕਿਉਂਕਿ ਅਸੀਂ ਤਾਂ ਲਗਾਤਾਰ ਸਾਡਾ ਰੋਜ਼ ਸੈਮੀਨਾਰ ਹੀ ਹੁੰਦਾ ਜਿੱਥੇ ਜਾਂਦੇ ਹਾਂ ਸਾਡੀ ਗੱਲ ਚਾਹੇ ਵਿਆਹ 'ਤੇ ਚੱਲ ਜਾਏ ਕਿ ਚਾਹੇ ਅਸੀਂ ਕਿਸੇ ਮਰਗ ਦਾ ਕੋਈ ਫੰਕਸ਼ਨ ਹੋਵੇ ਚਾਹੇ ਕੋਈ ਖਿਡਾਰੀਆਂ ਵਿੱਚ ਜਾਈਏ ਸਾਡਾ ਤਾਂ ਉੱਥੇ ਹੀ ਸੈਮੀਨਾਰ ਸ਼ੁਰੂ ਹੋ ਜਾਂਦਾ ਕਿਉਂਕਿ ਅਸੀਂ ਇਨਵਾਇਰਮੈਂਟ ਦੀ ਗੱਲ ਕਰਦੇ ਹਾਂ ਅਤੇ ਕੱਲ੍ਹ ਨੂੰ ਵੈਸੇ ਜਿਹੜਾ ਹੈਗਾ ਸਟੇਟ ਲੈਵਲ ਦਾ ਫੰਕਸ਼ਨ ਜਿਹੜਾ ਹੈਗਾ ਉਹ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਉੱਥੇ ਅਸੀਂ ਵਿਸ਼ੇਸ਼ ਤੌਰ 'ਤੇ ਜਾ ਰਹੇ ਹਾਂ ਬਾਕੀ ਆਪਣੇ ਵੀ ਬੂਟੇ ਇੱਥੇ ਲਾਵਾਂਗੇ ਅਤੇ ਸੰਗਤ ਨੂੰ ਵੀ ਬੇਨਤੀ ਕਰਾਂਗੇ ਕਿ ਬੂਟਾ ਇੱਕ ਲਾ ਕੇ ਤੁਸੀਂ ਜਿਹੜਾ ਹੈ ਇਹਦੀ ਸ਼ੁਰੂਆਤ ਕਰੋ ਕਿਉਂਕਿ ਅਜੇ ਬੂਟੇ ਲਾਉਣ ਦਾ ਸਮਾਂ ਥੋੜ੍ਹੇ ਦਿਨ ਅੜਕ ਗਿਆ ਜਦੋਂ 2 ਬਾਰਿਸ਼ਾਂ ਹੋ ਜਾਣ ਫਿਰ ਖੁੱਲ੍ਹ ਕੇ ਬੂਟੇ ਲਾਵਾਂਗੇ। ਬਾਬਾ ਜੀ ਜਿਸ ਤਰ੍ਹਾਂ ਕਿ ਵਾਤਾਵਰਨ ਪ੍ਰੇਮੀ ਤਾਂ
ਵਾਤਾਵਰਨ ਦੀ ਜਿਹੜੀ ਸ਼ੁੱਧਤਾ ਲਈ ਹਮੇਸ਼ਾ ਚਿੰਤਤ ਰਹਿੰਦੇ ਨੇ, ਪਰ ਜਦੋਂ ਸਰਕਾਰਾਂ ਤੇ ਗੱਲ ਆ ਜਾਂਦੀ ਹੈ ਤਾਂ ਸਰਕਾਰਾਂ ਦਿਨ ਮਨਾ ਲੈਂਦੀਆਂ ਨੇ, ਸੈਮੀਨਾਰ ਲਗਾ ਦਿੰਦੀਆਂ ਨੇ, ਪਰ ਜ਼ਮੀਨ ਤੇ ਕੁਛ ਨਹੀਂ ਕਰਦੀਆਂ। 550 ਸਾਲਾਂ ਪਹਿਲੇ ਪਾਤਸ਼ਾਹ ਜੀ ਦਾ ਆਇਆ ਕਿਹਾ ਕਿ ਹਰ ਪਿੰਡ ਦੇ ਵਿੱਚ 550 ਪੌਦੇ ਲਗਾਏ ਜਾਣਗੇ, ਪੌਦੇ ਲੱਗੇ ਵੀ, ਪਰ ਅੱਜ ਜਾ ਕੇ ਦੇਖ ਲਓ ਕਿੰਨੇ ਪਿੰਡਾਂ ਦੇ ਵਿੱਚ ਉਹ ਪੌਦੇ ਹੈਗੇ ਆ, ਕਿੰਨੇ ਪਿੰਡਾਂ 'ਚ ਉਹ ਲੱਗੇ ਹੋਏ ਦਿਖਾਈ ਦਿੰਦੇ ਆ। ਤਾਂ ਸਰਕਾਰਾਂ ਨੂੰ ਕੀ ਕਰਨ ਦੀ ਲੋੜ ਆ? ਹੁਣ ਤੁਸੀਂ ਸਰਕਾਰ ਦੇ ਵਿੱਚ ਵੀ ਹੈਗੇ ਹੋ, ਸਰਕਾਰਾਂ ਨੂੰ ਤਾਂ ਹਰ ਚੀਜ਼ ਰਿਪੀਟ ਆ। ਜਿੱਦਾਂ ਆਪਾਂ ਰੋਟੀ ਸਵੇਰੇ ਖਾਧੀ ਆ ਤਾਂ ਉਹਨੂੰ ਫਿਰ ਖਾਣੀ ਪੈਣੀ ਆ। ਕੋਈ ਵੀ ਕੰਮ ਆ ਜਿਹੜਾ ਸਮਾਜ ਦਾ ਨਾ, ਇਹਨੂੰ ਵਿਸਾਰ ਕੇ ਨਹੀਂ ਵੀ ਇੱਕ ਦਿਨ ਕਰ ਲਿਆ, ਮਹੀਨੇ ਸਾਲ ਦੇ ਵਿੱਚ ਇੱਕ ਦਿਨ ਮਨਾ ਲਿਆ ਤੇ ਮਗਰੋਂ ਅਸੀਂ ਇਨਵਾਇਰਮੈਂਟ ਦੇ ਨਾਲ ਜੁੜੀਏ ਨਾ। ਇੱਕ ਦਿਨ ਦਾ ਮਤਲਬ ਇਹ ਹੈ ਕਿ ਸਾਂਝੇ ਤੌਰ ਤੇ ਇੱਕ ਚਿੰਤਾ ਜਾਂ ਜਿਹੜੀ ਹੈ ਉਹ ਜ਼ਾਹਰ ਕਰੀਏ, ਉੱਥੇ ਗੱਲ ਨੂੰ ਸੀਰੀਅਸ ਲਈਏ ਵੀ ਇਹਦੇ ਤੇ ਅੱਜ ਦੇ ਦਿਨ ਇਨਵਾਇਰਮੈਂਟ ਦੀ ਗੱਲ ਸੁਣੀਏ ਸੁਣਾਈਏ, ਤੇ ਜੋ ਕੁਛ ਹੁਣ ਤੱਕ ਹੋਇਆ ਉਹਦੇ ਤੇ ਨਿਗਾਹ ਰੱਖੀਏ, ਤੇ ਜੋ ਅਸੀਂ ਕਰਨਾ ਚਾਹੁੰਦੇ ਹਾਂ ਜਾਂ ਕਰ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਉਹਦੇ ਵਾਸਤੇ ਗੱਲਬਾਤ ਜਿਹੜਾ ਹੈਗਾ ਅੱਗੇ ਵਧਾਉਣ ਵਾਸਤੇ ਸਾਡੀ ਇਹ ਦਿਹਾੜੇ ਬਣੇ ਆ। ਪਰ ਜੇਕਰ ਅਸੀਂ ਉਹ ਗੱਲਬਾਤ ਸੁਣ ਕੇ ਰੇਡੀਓ ਤੇ ਕਰ ਲਈ, ਟੈਲੀਵਿਜ਼ਨ ਤੇ ਕਰ ਲਈ, ਸੈਮੀਨਾਰ 'ਚ ਕਰ ਲਈ, ਤੇ ਜੇ ਪ੍ਰੈਕਟੀਕਲ ਧਰਤੀ ਤੇ ਨਾ ਹੋਇਆ ਤਾਂ ਉਹਦੇ ਜਿਹੜੇ ਹੈਗੇ ਬਹੁਤੇ ਜਿਹੜੇ ਰਿਜ਼ਲਟ ਨਹੀਂ ਆਉਂਦੇ। ਹੁਣ ਤੱਕ ਜ਼ਿਆਦਾ ਇਹੀ ਆ ਕਿ ਪ੍ਰੈਕਟੀਕਲ ਘੱਟ ਹੋਇਆ ਤੇ ਜਿਹੜੇ ਹੈਗੇ ਆ ਸੈਮੀਨਾਰਾਂ ਤੱਕ ਸਾਡਾ ਰਿਹਾ ਜਿਹੜਾ ਹੈਗਾ, ਇਸੇ ਕਰਕੇ ਇਹ ਹਾਲਾਤਾਂ ਨੂੰ ਅਸੀਂ ਪਹੁੰਚੇ। ਸੋ ਇਹ ਸਨ ਸਾਡੇ ਨਾਲ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਵੀਰ ਸਿੰਘ ਜੀ ਸਚੇਵਾਲ, ਆ ਜਿਨ੍ਹਾਂ ਨੇ ਵਾਤਾਵਰਨ ਦੇ ਉੱਪਰ ਚਿੰਤਾ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਆ ਇਹ ਸੀਜ਼ਨ ਹੁਣ ਬਰਸਾਤਾਂ ਸ਼ੁਰੂ ਹੋਣ ਵਾਲੀਆਂ ਨੇ ਥੋੜੇ ਸਮੇਂ ਤੱਕ, ਤੇ ਜਦੋਂ ਇੱਕ ਦੋ ਬਰਸਾਤਾਂ ਹੋ ਜਾਂਦੀਆਂ ਨੇ ਤਾਂ ਸਾਨੂੰ ਘੱਟੋ ਘੱਟ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ, ਕਿਉਂਕਿ ਸਾਡਾ ਲਗਾਇਆ ਹੋਇਆ ਇੱਕ ਪੌਦਾ ਵਾਤਾਵਰਨ ਨੂੰ ਸਾਫ਼ ਸ਼ੁੱਧ ਤੇ ਹਵਾ ਨੂੰ ਸ਼ੁੱਧ ਰੱਖ ਸਕਦਾ ਹੈ। ਜੇ ਸਾਡੀ ਹਵਾ ਸਾਡਾ ਵਾਤਾਵਰਨ ਸ਼ੁੱਧ ਰਹੇਗਾ ਤਾਂ ਜਿਹੜੀ ਸਾਡੀ ਜ਼ਿੰਦਗੀ ਹੈ ਉਹਦੇ ਵਿੱਚ ਕੋਈ ਬਿਮਾਰੀਆਂ ਨਹੀਂ ਆਉਣਗੀਆਂ, ਕੋਈ ਮੌਸਮ ਦਾ ਹੇਰ ਫੇਰ ਨਹੀਂ ਹੋਵੇਗਾ। ਸੋ ਇਸ ਤਰ੍ਹਾਂ ਦੀ ਅਪੀਲ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਣਾ ਨੇ ਆ ਸਮੂਹ ਸੰਗਤਾਂ ਨੂੰ ਕੀਤੀ ਹੈ। ਕੈਮਰਾਮੈਨ ਜਸਵਿੰਦਰ ਦੇ ਨਾਲ ਇੰਦਰਜੀਤ ਸਿੰਘ ਚਾਲ, NRTV ਪਿੰਡ ਸੀਚੇਵਾਲ, ਜਲੰਧਰ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ। NRI ਮੈਰਿਜ ਬਿਊਰੋ, ਫਾਈਂਡ ਯੋਰ ਪਰਫੈਕਟ ਹਿਊਮਨ।